ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਡੇਲੀ ਪੰਜਾਬ ਵੈਦਰ ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜਿਸ ਹੁਲਦੀ ਵੱਡੀ ਖਬਰ ਇਸ ਵਕਤ ਦੀ ਵੱਡੀ ਖਬਰ ਜੀ ਮੌਸਮ ਦੇ ਨਾਲ ਜੁੜੀ ਹੋਈ ਆ ਰਹੀ ਹੈ ਜੀ ਹਾਂ ਦੋਸਤੋ ਹੁਣੇ-ਹੁਣੇ ਮੌਸਮ ਭਾਗ ਦੀ ਆਗੀ ਵੱਡੀ ਚੇਤਾਵਨੀ ਜੀ ਇਹਨਾਂ ਇਲਾਕਿਆਂ ਦੇ ਵਿੱਚ ਪਵੇਗਾ ਪਾਰੀਮੀ ਹੋ ਜੋ ਸਾਵਧਾਨ ਬਹੁਤ ਹੀ ਵੱਡੀ ਖਬਰ ਹੈ ਸਰੋਤੇ ਵੀਰੋ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਜੁੜੇ ਰਹਿਣਾ ਤਾਂ ਜੋ ਤੁਹਾਨੂੰ ਆਪਣੇ ਆਪਣੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਪਤਾ ਲੱਗ ਸਕੇ ਕਿਉਂਕਿ ਆਪਾਂ ਜਿਲਾ ਵਾਰ ਜਿਹੜੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਹਰ ਇੱਕ ਜ਼ਿਲ੍ਹੇ ਦਾ ਮੌਸਮ ਆ ਜਿਹੜਾ ਦੱਸਾਂਗੇ ਸੋ ਵੀਡੀਓ ਨਾਲ ਬਨੇ ਰਹਿਣਾ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਹਰ ਵੱਡੀਆਂ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏ ਕਰਨ ਸੋ ਦੋਸਤੋ ਵੱਡੀ ਖਬਰ ਆ ਰਹੀ ਹੈ ਜੀ ਦੱਸ ਦਈਏ ਕਿ ਮੌਸਮ ਭਾਗ ਵੱਲੋਂ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਜੇਕਰ ਜਿਆਦਾ ਤੁਹਾਡਾ ਸਮਾਂ ਨਾ ਲੈਂਦੀ ਹੋਏ ਆਪਾਂ ਜ਼ਿਲ੍ਹਾਵਾਰ ਗੱਲ ਕਰ ਲਈਏ ਤਾਂ ਜੋ ਹਰੇਕ ਸਾਡੇ ਵੀਰ ਭਰਾ ਨੂੰ ਆਪਣੇ ਇਲਾਕੇ ਦੇ ਜਿਹੜੇ ਮੌਸਮ ਦੀ ਜਾਣਕਾਰੀ ਪਤਾ ਲੱਗ ਸਕੇ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਵੇਂ ਕਿ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਮੋਗਾ ਅਬੋਹਰ ਤਾਂ ਜੇਕਰ ਇਸ ਦੇ ਨਾਲ ਰਾਮਪੁਰੇ ਮੰਡੀ ਦੇ ਕੁਝ ਹਿੱਸੇ ਹੋ ਜਾਣਗੇ ਕਿ ਕੁਝ ਕ ਹਿੱਸੇ ਜੀ ਤਲਵੰਡੀ ਸਾਬੋ ਦੇ ਹੋ ਜਾਣਗੇ ਤਾਂ ਜੇਕਰ ਇਹਨਾਂ ਨਾਲ ਕਿੰਦੀ ਗੱਲ ਕੀਤੀ ਆ ਵੀ ਤਾਂ ਦੱਸਦੀ ਜਿੰਨਾਂ ਨਾਲ ਕਹਿੰਦੇ ਵਿੱਚ ਮੌਸਮਾ ਜਿਹੜਾ ਅੱਜ ਸਾਰਾ ਦਿਨ ਕਾਫੀ ਹਿੱਸੇ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਅੱਜ ਆਪਾਂ ਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੀ ਹਾਂ ਦੋਸਤੋ ਨੋਟ ਕਰ ਲਓ ਅੱਜ ਕੁਝ ਕਿਸੇ ਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਦੇ ਸਮੇ ਬੱਦਲਵਾਈ ਦੇਖਣ ਨੂੰ ਮਿਲੇਗੀ ਹਾਲਾਂਕਿ ਅੱਪਾ ਇਹ ਨਹੀਂ ਕਹਿ ਰਹੇ ਕਿ ਸਾਰੇ ਇਲਾਕੇ ਦੇ ਵਿੱਚ ਬੱਦਲਬਾਈ ਬਣੇਗੀ ਕੁਝ ਕਲਾਕੇ ਬਿਲਕੁਲ ਸਾਫ ਰਹਿਣਗੇ ਪਰ ਕੁਝ ਕਿਸੀ ਹੋਣਗੇ ਜਿਨ੍ਹਾਂ ਦੇ ਵਿੱਚ ਬੱਦਲਬਾਈ ਜ਼ਰੂਰ ਬਣੇਗੀ ਪਰ ਮੀਂਹ ਦੇ ਸਾਰ ਬਿਲਕੁਲ ਵੀ ਨਹੀਂ ਹਨ ਨੋਟ ਕਰ ਲਓ ਜੀ ਹਾਂ ਦੋਸਤੋ ਕਈ ਕਿਸਾਨ ਭਰਾ ਸਾਡੇ ਤੋਂ ਪੁੱਛਦੇ ਨੇ ਕਮੈਂਟ ਬਾਕਸ ਦੇ ਵਿੱਚ ਲੈ ਕੇ ਕਿ ਮੀਂਹ ਦੇ ਸਾਰ ਹੈ ਨਾ ਪਰ ਦੱਸਦੇ ਕਿ ਮੀਂਹ ਦੇ ਸਾਰ ਬਿਲਕੁਲ ਵੀ ਨਹੀਂ ਹਨ ਅੱਜ ਅਤੇ ਕੱਲ ਵੀ ਨਹੀਂ ਹਨ ਉਸ ਤੋਂ ਅੱਗੇ ਜ਼ਰੂਰ ਮੀਂਹ ਦੇ ਸਾਰ ਨੇ ਫਿਲਹਾਲ ਉਸ ਦੀ ਜਾਣਕਾਰੀ ਅੱਪਾ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਦਿੰਦੇ ਰਵਾਂਗੇ ਫਿਲਹਾਲ ਇਹਨਾਂ ਇਲਾਕਿਆਂ ਦੇ ਵਿੱਚ ਜ਼ਮੀਂਦੇ ਸਾਰ ਨਹੀਂ ਹਨ ਉਸ ਤੋਂ ਬਾਅਦ ਗੱਲ ਕਰੀ ਆਪਾਂ ਅਗਲੀ ਜਿਹਨਾਂ ਦੀ ਜਿਵੇਂ ਕਿ ਗੁਰਦਾਸਪੁਰ ਪਠਾਨਕੋਟ ਸ਼੍ਰੀ ਅਮਰਤਸਰ ਸਾਹਿਬ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੂਪਨਗਰ ਫਤਿਹਗੜ੍ਹ ਸਾਹਿਬ ਤਰਨਤਾਰਨ ਚੰਡੀਗੜ੍ਹ ਮੁਹਾਲੀ ਲੁਧਿਆਣਾ ਐਸਐਸ ਨਗਰ ਧੂਰੀਸ਼ਰ ਤਾਂ ਜੇਕਰ ਇਹਨਾਂ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਦੱਸ ਦਿਜੀਏ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਸਰੋਤੇ ਵੀਰੋ ਅੱਜ ਸਾਰਾ ਦਿਨ ਲਗਭਗ ਸਾਫ਼ ਰਹੇਗਾ ਹਾਲਾਂਕਿ ਕੁਝ ਥਾਵਾਂ ਵਿੱਚ ਇੰਨਾ ਚ ਵੀ ਬੱਦਲ ਵੀ ਆਪਾਂ ਨੂੰ ਬੰਦੀ ਹੋਈ ਦਿਖਾਈ ਦੇਣ ਵਾਲੀ ਹੈ ਜੀ ਹਾਂ ਦੋਸਤੋ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਤੂਰੀ ਸ਼ਹਿਰ ਖਾਸ ਕਰਕੇ ਇਨਾਂ ਜਿਹੜੇ ਜ਼ਿਲਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਹੀ ਹਲਕੀ ਬਦਲਵਾਈ ਦੇ ਨਾਲ ਕੈਨਮਨ ਵੀ ਹੁੰਦੀ ਦੇਖਣ ਨੂੰ ਮਿਲ ਸਕਦੀ ਪਰ ਬਦਲਵਾਈ ਇਨਾਂ ਇਲਾਕਿਆਂ ਦੇ ਵਿੱਚ ਅਜੇ ਜ਼ਰੂਰ ਬਣੇਗੀ ਬਾਕੀ ਲਗਭਗ ਮੌਸਮ ਜਿਹੜਾ ਇਨਾਂ ਚ ਵੀ ਸਾਫ਼ ਰਹੇਗਾ ਤੂਹਾਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਜ਼ਰੂਰ ਤੇਜ਼ ਗਤੀ ਦੇ ਨਾਲ ਆਪਾਂ ਨੂੰ ਵਗਦੀ ਹੋਈਆਂ ਦਿਖਾਈ ਦੇਣਗੀਆਂ ਸੋ ਇਹ ਸੀ ਜੀ ਸੋਲੇ ਦੀ ਵੱਡੀ ਖਬਰ ਦੋਸਤੋ ਵੀਡੀਓ ਨੂੰ ਜਿੰਨਾ ਹੋ ਸਕੇ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ